कंध चो ना इटा खेडते पे ने उत्थे शहर लगा तो ये किन्ने अरसे जिने अपने तुसी काम करते पे हो मैनू तो तकरीबन 25 30 साल हो गए जे काम करदे हां अच्छा अच्छा हां जी 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 ठीक है जी हां जी YouTube channel अपना मुंडी खेल अज असी जी फतोवाल पिंड दे लागे आ अपने बिल्कुल उहदे फतोवाल पिंड दे स्टाफ ते खड़े आ सठियाले अपने इस साइड तों असी मार्केटिंग करदे आए ते फतोवाल फतोवाल इधरों दी वापसी दुद्धू चक रस्ते ना वापसी असी इसे रस्ते हो के नूरकोट वापस जाना सी ते वापसी मैं जा रहा सी ते इत्थे साडे ना अपने बड़े अच्छे भाई ने साडे दोस्त ने दिलदार हुसैन साहब ने ते ओह मच्छी दा काम ते अजकल जिहड़ा ना शहद दा काम करदे ने तो वो शायद इतने ना उन्होंने नज़र आया कि मक्खियां नज़र आईया तो शायद चौन लगने तो मैं गुजरता पाया ही तो मेरा ध्यान पैन वाल तो मैं हाँ जी किधर है जी मक्खियां अपने शायद जरा ना ही चौन लगे तो आ जाओ जरा तो मैं चलो इतने ब्लॉग बनाने फतोवाल पिंड का जरा यह फतोवाल पिंड है सारा अपने परदेसी भरा जोड़े ने साडे बारह साइड तो जरा भी अपने नज़ारा करो अपने पिंड का तो अपने सामने वो दिलदार हुसैन तो उन्होंने बेटे जनेर साहब अपने शहर च आने लगे वो भी तुम्हें थोड़ा जहा विजिट करवाने दिखाने और अपने दिलदार हुसैन साहब ने गलबात करने पूछने कि पहले साढ़े कि दौर से ना अपने मक्खियां होंदिया रही दरख्तों ना लगदिया रही अजकल दीवारों जड़िया ना लगदिया ने दीवारों से और देखो जी दीवार च ना अपने लगा वा अस्सलाम वालेकुम भाई की हाल है ठीक ठाक जी होर सुनाओ सब खैर खरीद अच्छा जनाब मैं जा रहा सी तुहाडे वल ध्यान पिया ते तुसी इत्थे ना अपने शहर च आउण लगे हो ते किसना तुहाडी नज़र पै गई तुहानू किसना पता लग गया कि दीवार च लगा वा इस साइड ते आउणा जरा ए देखो जी अपने नाज़रीन पिछे जनेद भाई ना अपने वो देखो कंध चो ना इटा खेडते पे ने उत्थे शहर लगा वा ते ये किन्ने अरसे जने अपने तुसी काम करदे पे हो ਮੈਨੂੰ ਤੇ ਤਕਰੀਬਨ 25 30 ਸਾਲ ਹੋ ਗਏ ਜੇ ਕੰਮ ਕਰਦੇ ਆਂ ਅੱਛਾ ਅੱਛਾ ਹਾਂਜੀ ਜੀ ਜੀ ਠੀਕ ਹੈ ਜੀ ਹਾਂਜੀ ਤੇ ਉਦੋਂ ਦਾ ਹੀ ਸ਼ਹਿਦ ਦਾ ਤੇ ਮੱਛੀ ਦਾ ਕੰਮ ਕਰਨੇ ਪਏ ਸਹੀ ਹੈ ਦੋ ਸੀਜ਼ਨ ਲਾਨੇ ਇੱਕ ਸੀਜ਼ਨ ਮੱਛੀ ਦਾ ਹੁੰਦਾ ਜੀ ਜੀ ਮੱਛੀ ਤੋਂ ਬਾਅਦ ਸ਼ਹਿਦ ਦਾ ਹੁੰਦਾ ਜੀ ਆ ਬਈ ਆਪਣੇ ਸਾਨੂੰ ਇਹ ਦੱਸੋ ਕਿ ਇਹੜਾ ਸ਼ਹਿਦ ਆ ਅਗਰ ਤੁਹਾਡੇ ਕੋਲ ਕਿਸੇ ਨੇ ਖਰੀਦਣਾ ਹੋਵੇ ਤਾਂ ਉਹ ਵੀ ਮਿਲ ਸਕਦਾ ਤੁਹਾਡੇ ਕੋਲ ਇਨਸ਼ਾਅੱਲਾ 100% ਦਿਖਾ ਲਓ ਆਪਣੇ ਦੋਸਤਾਂ ਨੂੰ ਦਸੀਏ ਕਿ ਇਹ ਦੇਖੋ ਮੱਖੀ ਹੈ ਦੀਵਾਰ ਦੇ ਵਿੱਚ ਲੱਗੀ ਦੀ ਹੈ ਤੇ ਆਪਣੇ ਜਨੇਦ ਭਾਈ ਨੇ ਇਹ ਆਪਣੇ ਨਾ ਧੂੰਆਂ ਆਪਣੇ ਕਰਕੇ ਨਾ ਬੋਰੀ ਨੂੰ ਧੂੰਆਂ ਬਣਾ ਕੇ ਅਤੇ ਉਹ ਮੱਖੀਆਂ ਦੇ ਫੂਕ ਸ਼ੂਕ ਮਾਰਦੇ ਪਏ ਨੇ ਜ਼ਰਾ ਅਤੇ ਜੂ ਹੀ ਇਹ ਕੱਢਦੇ ਨੇ ਸਾਰਾ ਪ੍ਰੋਸੀਜਰ ਤੁਹਾਨੂੰ ਦੱਸਦੇ ਹਾਂ ਤਾਂ ਜਨੇਦ ਭਾਈ ਹੁਣ ਇਹ ਇੱਟ ਪੁੱਟਣੀਆਂ ਤੁਸੀਂ ਹਾਂਜੀ ਦੇਖਿਆ ਜੀ ਜਨੇਦ ਭਾਈ ਇੱਟ ਪੁੱਟਣਗੇ ਤਾਂ ਪਤਾ ਲੱਗੇਗਾ ਕਿ ਅੰਦਰ ਅਸਲ 'ਚ ਇਹ ਜਗ੍ਹਾ ਹੁੰਦੀ ਹੈ ਨਾ ਕੁਛ ਕਿ ਮਿੱਟੀ ਬੈਠ ਜਾਂਦੀ ਆ ਅੰਦਰ ਕੋਈ ਘੋਰ ਟੈਪ ਬਣ ਜਾਂਦਾ ਉੱਥੇ ਜਗ੍ਹਾ ਬਣ ਜਾਂਦੀ ਆ ਫਿਰ ਮੱਖੀ ਠੰਡੀ ਜਗ੍ਹਾ 'ਤੇ ਜਿਹੜੀ ਨਾ ਲੱਗ ਜਾਂਦੀ ਆ ਤਾਂ ਇੱਟ ਕੱਢ ਕੇ ਨਾ ਅਤੇ ਆਪਣੇ ਜਨੇਦ ਭਾਈ ਦੇਖਦੇ ਨੇ ਕਿ ਇੱਥੇ ਕਿੱਡਾ ਕੁ ਜਿਹੜਾ ਨਾ ਮਖੀਰ ਲੱਗਾ ਵਾ ਕਿੰਨਾ ਕੁ ਭੋਰ ਆ ਔਰ ਇਹਦਾ ਕਿੰਨਾ ਕੁ ਸ਼ਾਇਦ ਨਿਕਲਦਾ ਲੱਗ ਰਿਹਾ ਆਪਣੇ ਇੰਜੀਨੀਅਰ ਭਾਈ ਅੱਗੇ ਦੱਸਦੇ ਪਏ ਸੀ ਕਿ ਪੁਰਾਣਾ ਹੀ ਲੱਗਦਾ ਪਾ ਕੋਈ 2-3 ਸਾਲ ਪੁਰਾਣਾ ਲੱਗਦਾ ਪਾ ਅਤੇ ਚੈੱਕ ਕਰਨੇ ਇਨਸ਼ਾਅੱਲਾ ਤਾਲਾ ਠੀਕ ਆ ਦੇਖੋ ਜਨੇਦ ਭਾਈ ਨੇ ਇੰਨੀ ਮਿਹਨਤ ਕਰਕੇ ਨਾ ਇੱਟਾਂ ਉੱਟਾਂ ਖੇਡੀਆਂ ਜੇ ਅਤੇ ਇਹ ਉਹ ਦੇਖੋ ਅੰਦਰ ਜਨੇਦ ਭਾਈ ਲੱਗਦਾ ਮਾਸ਼ਾਅੱਲਾ ਜ਼ਬਰਦਸਤ ਅੱਛਾ ਲੱਗਾ ਹੈ ਇਹ ਦੇਖੋ ਜੀ ਆਪਣੇ ਇਹ 4-5 ਇੱਟਾਂ ਕੱਢੀਆਂ ਅਤੇ ਫਿਰ ਜਾ ਕੇ ਨਾ ਅਤੇ ਅੰਦਰ ਲੱਗਾ ਵਾ ਜੇ ਦੇਖੋ ਆਪਣੇ ਜਨੇਦ ਭਾਈ ਮੱਖੀ ਤਾਂ ਨਹੀਂ ਲੜੇਗੀ ਕੋਈ ਨਹੀਂ ਲੜਦੀ ਇਹ ਦੇਖੋ ਜੀ ਆਪਣੇ ਦੱਸ ਰਹੇ ਨਾਜ਼ਰੀਨ ਨੂੰ ਕਿ ਇਹ ਦੇਖੋ ਮਾਸ਼ਾਅੱਲਾ ਕਾਫੀ ਜਿਹੜਾ ਨਾ ਸ਼ਾਇਦ ਜ਼ਬਰਦਸਤ ਆ ਜਿਹੜਾ ਖੱਗਾ ਨਾ ਭਰਿਆ ਦਾ ਚੋਣ ਡਿਆ ਉਹ ਦੇਖੋ ਟੁੱਟਾ ਨਾ ਖੱਗਾ ਥੋੜ੍ਹਾ ਜਿਹਾ ਦਿਖਾਇਓ ਜ਼ਰਾ ਇੱਧਰ ਥੱਲੜੀ ਇੱਟ ਖੇਡ ਲੈਂਦੇ ਨਾ ਜ਼ਰਾ ਜਨੇਦ ਭਾਈ ਫਿਰ ਸਹੀ ਹੋ ਜਾਣਾ ਸੀ ਆਹ ਦੇਖੋ ਜੀ ਆਪਣੇ ਇਹ ਦੇਖੋ ਜ਼ਬਰਦਸਤ ਯਾਰ ਵਾ ਠੀਕ ਹੋ ਗਿਆ ਉਹ ਕੱਢ ਲਾ ਬਾਅਦ ਨਾਲ ਹਾਂ ਇਹ ਜਿਹੜਾ ਇਹ ਸਹੀ ਹੈ ਹੋ ਗਿਆ ਕੰਮ ਚਾਲੂ ਹੋ ਗਿਆ ਇਹ ਦੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਜ਼ਬਰਦਸਤ ਹੋ ਗਿਆ ਜੀ ਇਹ ਦੇਖੋ ਜੀ ਇਹ ਸਾਰਾ ਹੀ ਸ਼ਾਇਦ ਜਿਹਾ ਦੇਖੋ ਇਹ ਦੇਖੋ ਜੀ ਆਪਣੇ ਨਾ ਇਹ ਸਾਰੀਆਂ ਛੱਲੀਆਂ ਲਾ ਕੇ ਲਿਆਉਂਦੀਆਂ ਜੀ ਐਡਾ ਸਾਰਾ ਔਰ ਤਕਰੀਬਨ ਆਪਣੇ ਦਿਲਦਾਰ ਸਿੰਘ ਭਾਈ ਕਹਿ ਰਹੇ ਨੇ ਕਿ ਇਨਸ਼ਾਅੱਲਾ ਤਾਲਾ ਉਮੀਦ ਆ ਕਿ 2 ਕਿਲੋ ਜਿਹੜਾ ਨਾ ਨਿਕਲ ਆਏਗਾ ਬਾਕੀ ਇਹਨੂੰ ਨਿਚੋੜਦੇ ਨੇ ਜਨੇਦ ਭਾਈ ਨਿਚੋੜਦੇ ਨੇ ਸਾਫ਼ ਕਰਦੇ ਨਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੰਨਾ ਕੁ ਨਿਕਲਦਾ ਵੈਸੇ ਕਦੇ ਖਾਲਸ ਸ਼ਹਿਦ ਲੈਣਾ ਹੋਏ ਤਾਂ ਦਿਲਦਾਰ ਹੁਸੈਨ ਸਾਹਿਬ ਨਾਲ ਰਾਬਤਾ ਕਰਿਓ ਇਹਨਾਂ ਦਾ ਮੋਬਾਈਲ ਨੰਬਰ ਤੁਸੀਂ ਦੇਖਦੇ ਪਿਓ ਸਕਰੀਨ 'ਤੇ ਅਤੇ ਇਨਸ਼ਾਅੱਲਾ ਤਾਲਾ ਜੈਨੂਅਨ
चीनी घोली दी जां दो नंबर तुहानूं शायद नहीं मिलेगा, जैनुअन मिलेगा। और अगर किसी का अहले इलाका दे किसी बंदे दा दिल करे तो बेशक इन्हां नूं कह के इन्हां दे नाल जा के किते चवाई करके फिर भी तुसीं शायद लै सकदे हो। ते आ देखो बड़ा जबरदस्त है, बाकी ये साफ कर देने तो भी तुहानूं दस्सने आ। आ देखो जी अपने जनेद भाई ने छोड़ दे पे ने, आ देखिया जी जबरदस्त हो गया जी। अच्छा कलर है छोटी मक्खी दे शायद इंज दा ही हुंदा जी। अच्छा जी सही अपने दोस्तों मैं दसीए जरा कि जनेद भाई नचोड़ दे पे ने। आ देखिया जी बाल्टी नचोड़ के बाद कपड़े च ना इत्थे फिर नचोड़ लैणगे तो कपड़े च साफ हो जाएगा बिल्कुल, उस तो बाद जिहड़ा ना खा सकदे हो। और अलहमदुल्ला रोज़ा मेरा, अगर रोज़ाना ना होंदा तो फिर जरूर असीं भी चैक करदे, लेकिन है कि जिंदगी रही तो इंशाल्लाह ताला रोज़ा तो बाद जरूर असीं फिर तुहानूं एक दफ़ा वीडियो बना के दिखावांगे ते नाल असीं चो के चैक करके भी ना तुहानूं दिखावांगे। ते जनेद भाई अपने आ देखो नचोड़दा पिया, नचोड़ के फिर कपड़े जाएगा, कपड़े च नचोड़ के फिर फाइनल कर देने। तो फिर जिन्हों को असं जिन्हों की दीवार चोया ना वो अपने जनेद भाई दस दे पे कि फिर अद्धा उन्होंने देंगे अद्धा असी आप रख लाँगे। लो जी आखिरकार अपने मुकम्मल हो गया काम, तो दो बोतल लिया गई ने उन्होंने अद्धा अद्धा शहर जरा पाया जाएगा, अद्धा घर वाले लैणगे अद्धा जरा ना दिलदार सैन साहब लैणगे, क्योंकि जिन्हों के लगा होंगे ना दीवार वगैरह से तो उन्होंने पूछने तो बगैर शहद कढ़िया नहीं जा सकता। इत्थे शहद लगा था ही दीवार च, पहले अस घर वालों पूछया फिर इटा खेड़िया शहद कढ़िया फिर उन्होंने जोड़ा सारा शहद चोया ना तकरीबन 2 किलो जोड़ा ना अपने शहद हो गया, वो अद्धा अद्धा जोड़ा ना अपने बोतलों दोवें 50-50 हो गया, अद्धा उन्होंने मिल गया जी अद्धा जोड़ा दिलदार सैन साहब न मिल गया। तो बाकी फतवाल पिंड अज असी अपने ये छोटा जहा ढाल शहद चोन का जोड़ा ना वीडियो ढाने शेयर की है। अगर साड़ी वीडियो अच्छी लगी हो तो वीडियो लाइक शेयर लाजमी करो, वीडियो अच्छी लगती होंगी चैनल में सबसक्राइब करो। अल्लाह ताला तुहानू खुश रखे आबाद रखे, अपने दिलदार साहब न जनेद भाई न अपने तनवीर खान कावश में दो इजाजत। अल्लाह हाफिज़।